ਸੁਖਬੀਰ ਜੀਆਂ ਨੂੰ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹ ਟਸ ਤੋਂ ਮਸ ਨਹੀਂ ਹੁੰਦੇ, ਨਾ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨੇ। ਸਰਦਾਰ ਗੁਰਦੇਵ ਸਿੰਘ ਕੌਂਕੇ ਦੀ ਜਦੋਂ ਰਿਪੋਰਟ ਆਈ ਉਸ ਗੱਲ ਨੇ ਮੈਨੂੰ ਬਹੁਤ ਵੱਡਾ ਝੰਜੋੜਿਆ। ਮੇਰਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਇੱਕ ਬਹੁਤ ਵੱਡਾ ਮਕਸਦ ਹੈ, ਪਾਰਟੀ ਨੂੰ ਬਹੁਤ ਨੀਚੇ ਤੱਕ ਲੈ ਗਏ। ਇਹ ਯੋਧਿਆਂ ਦੀ ਪਾਰਟੀ ਸੀ। ਜਿੰਨਾ ਨੁਕਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਖਬੀਰ ਬਾਦਲ ਉਹਨਾਂ ਨੇ ਕੀਤਾ ਹੈ, ਇਦੋਂ ਵੱਡਾ ਕੋਈ ਕਰ ਨਹੀਂ ਸਕਦਾ। ਸੰਗਰੂਰ ਦੇ ਵਿੱਚ ਮੁਕਾਬਲਾ ਕਿਤੇ ਕਿਤੇ ਮੰਨਦੇ, ਇੱਕ ਪਾਸਿਓਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤਹਿਰ ਹੁਣਾਂ ਨੂੰ ਉਤਾਰਿਆ ਹੈ, ਅਤੇ ਉਸ ਤੋਂ ਦੂਜੇ ਪਾਸੇ ਪਰਮਿੰਦਰ ਢੀਂਡਸੇ ਉਹਨਾਂ ਦੀਆਂ ਚਰਚਾਵਾਂ ਨੇ, ਅਰਵਿੰਦ ਖੰਨਾ ਹੋ ਸਕਦਾ ਕਹਿੰਦੇ ਬੀਜੇਪੀ ਦੇ ਉੱਤੋਂ ਆ ਜਾਣ, ਸੁਖਪਾਲ ਸਿੰਘ ਖਹਿਰਾ ਜਾਂ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਗਲਾ ਜਾਂ ਗੋਲਡੀ ਦਾ ਜ਼ਿਕਰ ਆ ਰਿਹਾ, ਇਹਨਾਂ ਸਾਰਿਆਂ ਨੂੰ ਟੱਕਰ ਦੇ ਸਕਣਗੇ ਸਿਮਰਨਜੀਤ ਸਿੰਘ ਮਾਨ? ਹੁਣ ਤਾਂ ਇਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੈਗਾ, ਅਤੇ ਮੀਤਹਿਰ ਉਹਨਾਂ ਵਿਚਾਰਿਆਂ ਨੂੰ ਕਿਹਨੇ ਉਹ ਕਰਨਾ ਹੈਗਾ, ਅਤੇ ਇਹਨਾਂ ਨੇ ਕੋਈ ਆਹ 2 ਸਾਲ ਦੇ ਵਿੱਚ ਕੋਈ ਕਰ ਹੀ ਨਹੀਂ ਸਕੇ। ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਭੰਨ ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਇਸ ਭੰਨ ਤੋੜ ਦੀ ਰਾਜਨੀਤੀ ਦੇ ਵਿੱਚ ਕਦੇ ਆਮ ਆਦਮੀ ਪਾਰਟੀ ਦੇ MLA ਅਤੇ ਆਮ ਆਦਮੀ ਪਾਰਟੀ ਦੇ MP ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ BJP ਦੇ ਵਿੱਚ ਚਲੇ ਜਾਂਦੇ ਨੇ, ਅਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਜਾ ਰਹੀ ਹੈ। ਅਤੇ ਇਸ ਕੜੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਧਿਰ ਦਾ ਵੀ ਨਾਮ ਜੁੜਦਾ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਅਕਾਲੀ ਦਲ ਦੇ 2 ਵੱਡੇ ਚਿਹਰਿਆਂ ਨੂੰ ਅਕਾਲੀ ਦਲ ਤੋਂ ਵੱਖ ਕਰਕੇ ਆਪਣੇ ਵਿੱਚ ਜਾ ਰਲਾਇਆ ਹੈ, ਅਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਬਚਨ ਸਿੰਘ ਲਖਮੀਰ ਵਾਲਾ, ਜੋ ਕਿ 4 ਦਫ਼ਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੜਦੇ ਨੇ ਅਤੇ ਸੁਨਾਬ ਤੋਂ MLA ਰਹਿੰਦੇ ਨੇ। ਲੰਮਾ ਸਮਾਂ ਅਕਾਲੀ ਦਲ ਦੀ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਰਹਿੰਦੀ ਹੈ, ਅਤੇ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਲਖਮੀਰ ਵਾਲਾ ਜਿਹੜੇ ਨੇ ਉਹ ਇੱਕ ਵੱਡੀਆਂ ਅਹੁਦੇਦਾਰੀਆਂ ਦੇ ਉੱਤੇ ਰਹਿੰਦੇ ਨੇ, ਅਤੇ ਉਸ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਦੇ ਲਈ ਉਹਨਾਂ ਦੇ ਨਾਲ ਆ ਖੜੇ ਹੋਏ ਨੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਲਖਮੀਰ ਵਾਲ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਪਾਰਟੀਆਂ ਅਕਸਰ ਜਦੋਂ ਕਿਸੇ ਪਾਰਟੀ ਨੂੰ ਛੱਡ ਕੇ ਆਉਂਦੇ ਹੋ ਅਤੇ ਪਾਰਟੀਆਂ ਦੇ ਵਿੱਚ ਇਹ ਦੂਸਰੇ ਜਿਹੜੇ ਛੱਡ ਕੇ ਜਾਂਦੇ ਨੇ ਉਹਨਾਂ ਦੇ ਲਈ ਸ਼ਬਦ ਹੁੰਦੇ ਨੇ ਕਿ ਜਦੋਂ ਤਾਂ ਸਾਡੇ ਕੋਲ ਸਰਦਾਰੀਆਂ ਮੰਨਣ ਦਾ ਸਮਾਂ ਸੀ, ਜਦੋਂ ਸਾਡੇ ਕੋਲ ਮਿਨਿਸਟਰੀਆਂ ਮੰਨਣ ਦਾ ਸਮਾਂ ਸੀ, ਜਦੋਂ ਸਾਡੇ ਕੋਲ ਪਾਵਰਾਂ ਮੰਨਣ ਦਾ ਸਮਾਂ ਸੀ, ਉਦੋਂ ਸਾਡੇ ਨਾਲ ਰਹਿੰਦੇ ਅਤੇ ਉਸ ਤੋਂ ਬਾਅਦ ਆਪੋ ਆਪਣੇ ਰਾਹੀਂ ਹੋ ਜਾਂਦੇ ਜਦੋਂ ਪਾਰਟੀਆਂ ਨੂੰ ਜ਼ਰੂਰਤ ਹੁੰਦੀ ਹੈ। ਤੁਹਾਡੇ ਲਈ ਵੀ ਇਹ ਸ਼ਬਦਾਂ ਦੀ ਵਰਤੋਂ ਹੁੰਦੀ ਹੈ? ਨਹੀਂ ਜੀ, ਬਿਲਕੁਲ ਨਹੀਂ ਹੁੰਦੀ ਇਸ ਗੱਲ ਦੀ। ਇਸ ਸ਼ਬਦਾਂ ਦੀ ਵਰਤੋਂ ਸਾਡੇ ਵਾਸਤੇ ਅਤੇ ਸਾਡੇ ਪਰਿਵਾਰ ਵਾਸਤੇ ਬਿਲਕੁਲ ਨਹੀਂ ਹੁੰਦੀ, ਕਿਉਂਕਿ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ। ਮੇਰਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਇੱਕ ਬਹੁਤ ਵੱਡਾ ਮਕਸਦ ਹੈ। ਅਸੀਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਨਾ ਕਦੇ ਧੋਖਾ, ਨਾ ਕਦੇ ਦਗੇਬਾਜ਼ੀ, ਨਾ ਕਦੇ ਇਸ ਤਰ੍ਹਾਂ ਦੀ, ਕਦੇ ਵੀ ਨਾ ਮੇਰੇ ਪਿਤਾ ਜੀ ਨੇ ਨਾ ਮੈਂ ਕੀਤੀ ਹੈ। ਇਹ ਸਾਨੂੰ ਹੁਣ ਕੁਛ ਐਸੀਆਂ ਹਾਲਾਤ ਬਣ ਗਏ। ਸਰਦਾਰ ਗੁਰਦੇਵ ਸਿੰਘ ਕੌਂਕੇ ਦੀ ਜਦੋਂ ਰਿਪੋਰਟ ਆਈ ਉਸ ਗੱਲ ਨੇ ਮੈਨੂੰ ਬਹੁਤ ਵੱਡਾ ਝੰਜੋੜਿਆ, ਅਤੇ ਮੈਨੂੰ ਇਸ ਗੱਲ ਦਾ ਤਕਲੀਫ ਹੋਈ। ਬਾਦਲ ਸਾਹਿਬ ਤੱਕ ਸਾਰਾ ਠੀਕ ਸੀ, ਵੱਡੇ ਬਾਦਲ ਸਾਹਿਬ ਤੱਕ, ਪਰ ਸੁਖਬੀਰ ਜੀਆਂ ਨੂੰ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹ ਟਸ ਤੋਂ ਮਸ ਨਹੀਂ ਹੁੰਦੇ, ਨਾ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨੇ। ਉਹਨਾਂ ਦੇ ਆਲੇ ਦੁਆਲੇ ਇੱਕ ਗਲਬਾ ਬਣਿਆ ਹੋਇਆ, ਉਹ ਉਹਨਾਂ ਦੀ ਇਹ ਗੱਲ ਸੁਣਦੇ ਨੇ। ਪਾਰਟੀ ਨੂੰ ਬਹੁਤ ਨੀਚੇ ਤੱਕ ਲੈ ਗਏ। ਇਹ ਯੋਧਿਆਂ ਦੀ ਪਾਰਟੀ ਸੀ, ਇਹ ਬੜੀਆਂ ਕੁਰਬਾਨੀਆਂ ਦੇ ਕੇ ਬਣੀ ਸੀ। ਇਹਦੇ ਵਿੱਚ ਬੱਚਿਆਂ ਨੇ ਵੀ, ਬਜ਼ੁਰਗਾਂ ਨੇ ਵੀ, ਸਾਡੀਆਂ ਮਾਤਾਵਾਂ ਭੈਣਾਂ ਨੇ ਵੀ ਆਪਣੀਆਂ ਕੁਰਬਾਨੀਆਂ ਦੇ ਕੇ ਪਾਰਟੀ ਖੜੀ ਕੀਤੀ ਸੀ। ਸਾਡੇ ਬਜ਼ੁਰਗਾਂ ਦੀ ਵੀ ਬਹੁਤ ਵੱਡੀ ਦੇਣ ਹੈ। ਮੇਰੇ ਪਿਤਾ ਜੀ ਨੇ ਤਕਰੀਬਨ 1.25 ਸਾਲ ਲਾਹੌਰ ਜੇਲ੍ਹ ਕੱਟੀ ਹੋਈ ਹੈ, ਔਰ ਤਕਰੀਬਨ ਉਹਨਾਂ ਦੀ 3.5-4 ਸਾਲ ਦੇ ਕਰੀਬ ਸਿਆਸੀ ਜੇਲ੍ਹ ਲੋਕਾਂ ਵਾਸਤੇ ਹੈ।
ਇਹ ਇਸ ਤਰ੍ਹਾਂ ਇਹ ਬੜੀਆਂ ਕੁਰਬਾਨੀਆਂ ਕਰਕੇ ਪਾਰਟੀ ਖੜੀ ਕੀਤੀ ਸੀ, ਸਾਨੂੰ ਦੁੱਖ ਹੈ ਇਸ ਗੱਲ ਦਾ। ਅਤੇ ਅੱਜ ਮੈਂ ਮਾਨ ਸਾਹਿਬ ਦਾ ਸਾਥ ਦੇਣ ਵਾਸਤੇ, ਕਿਉਂਕਿ ਅੱਜ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ ਮਾਨ ਸਾਹਿਬ ਤੋਂ ਬਿਨਾਂ, ਨਾ ਕੋਈ ਸਿੱਖਾਂ ਦੇ ਬੱਚਿਆਂ ਨੂੰ। ਸ਼੍ਰੋਮਣੀ ਅਕਾਲੀ ਦਲ ਜੀ ਨੂੰ ਛੱਡ ਕੇ ਆਏ ਹੋ, ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰਦੀ ਹੈ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹਾਂ, ਅਤੇ SGPC ਜਿਹੜੀ ਆ ਉਹਨੂੰ ਵੀ ਉਹੀ ਚਲਾ ਰਹੇ ਨੇ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਸਿੱਖਾਂ ਦੀ ਗੱਲ ਕਰਨ ਵਾਲਾ ਸਿਰਫ ਇੱਕੋ ਇੱਕ ਲੀਡਰ ਬਚਿਆ। ਇਹ 'ਚ ਬਿਲਕੁਲ ਸੱਚਾਈ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਬਹੁਤ ਵੱਡੀ ਸਰਮੋਰ ਸੰਸਥਾ ਹੈ। ਜਿੰਨਾ ਨੁਕਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਖਬੀਰ ਬਾਦਲ ਉਹਨਾਂ ਨੇ ਕੀਤਾ ਹੈ, ਇੱਦੋਂ ਵੱਡਾ ਕੋਈ ਕਰ ਨਹੀਂ ਸਕਦਾ। ਇਹ ਗੱਲਾਂ ਕਿਤੇ ਫਿਰ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ, ਅੱਜ ਉਹ ਸਮਾਂ ਨਹੀਂ ਹੈਗਾ। ਪਰ ਕਾਰਨ ਕੀ ਬਣਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਸਾਥ ਦਿੰਦੇ ਹੋ? ਕਿਉਂਕਿ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਇਹਨਾਂ ਦੋਹਾਂ ਦੀ ਜੋ ਆਈਡੀਓਲੋਜੀ ਉਹਦਾ ਬਹੁਤ ਵੱਡਾ ਫਰਕ ਹੈ। ਸਿਮਰਨਜੀਤ ਸਿੰਘ ਮਾਨ ਸਿੱਖ ਹੋਮਲੈਂਡ ਦੀ ਗੱਲ ਕਰਦੇ ਨੇ, ਅਤੇ ਅਕਾਲੀ ਦਲ ਇਸ ਤੋਂ ਬਹੁਤ ਕਹਾਂ ਦੂਰ ਆ, ਉਹ ਇਸ ਪਾਸੇ ਤੁਰਨ ਦੀ ਗੱਲ ਹੀ ਨਹੀਂ ਕਰਦਾ ਕਦੇ। ਮਾਨ ਸਾਹਿਬ ਦਾ ਜੋ ਮਾਨ ਸਾਹਿਬ ਦਾ ਸਟੈਂਡ ਹੈ, ਅਸੀਂ ਉਸ ਗੱਲ ਦੀ ਕਦਰ ਕਰਦੇ ਹਾਂ। ਇੱਕ ਸਾਡੇ ਜ਼ਿਲ੍ਹੇ ਦੇ ਵਿੱਚੋਂ ਮਾਨ ਸਾਹਿਬ ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਚੋਣ ਲੜ ਰਹੇ ਨੇ। ਸਾਨੂੰ ਇਹ ਬਹੁਤ ਵੱਡਾ ਮਾਣ ਹੈ, ਅਸੀਂ ਮਾਨ ਸਾਹਿਬ ਦੇ ਨਾਲ ਡਟ ਕੇ ਉਹਨਾਂ ਨੂੰ ਜਿਤਾਵਾਂਗੇ। ਔਰ ਜਿਹੜੀ ਸੁਖਬੀਰ ਬਾਦਲ ਜੀ ਹੋਣੀ ਜਾਂ ਅਕਾਲੀ ਦਲ ਜੋ ਗੱਲ ਕਰਦਾ, ਉਹ ਬੇਸ਼ੱਕ ਰਾਹ ਵਖਰੇਵੇਂ ਬਿਲਕੁਲ ਹੈਗੇ ਨੇ, ਪਰ ਜਿਹੜਾ ਮਾਨ ਸਾਹਿਬ ਦਾ ਸਟੈਂਡ ਆ, ਅਸੀਂ ਉਸ ਸਟੈਂਡ ਦੀ ਕਦਰ ਕਰਦੇ ਹੋਏ ਅਸੀਂ ਇਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ। ਅਤੇ ਸਿਮਰਨਜੀਤ ਸਿੰਘ ਮਾਨ ਹੋਣੀ ਤਾਂ ਅਕਸਰ ਅਸੀਂ ਸੁਣਦੇ ਹਾਂ, ਮੀਡੀਆ ਦੇ ਜ਼ਰੀਏ ਸੁਣਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਹੋਣੀ ਹਰ ਵਾਰ ਇੱਕ ਵੱਖਰੀ ਗੱਲ ਕਰਦੇ ਨੇ। ਹਿੰਦੂ ਜੋ ਲੌਬੀ ਆ ਉਹ ਕਹਿੰਦੀ ਕਿ ਸਿਮਰਨਜੀਤ ਸਿੰਘ ਮਾਨ ਸੈਪਰਿਸਟ ਨੇ, ਜਾਂ ਬਹੁਤ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਹਿੰਦੂਆਂ ਦੇ ਖਿਲਾਫ ਨੇ ਸਿਮਰਨਜੀਤ ਸਿੰਘ ਮਾਨ। ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕਿਵੇਂ ਕਰੋਗੇ ਜਦੋਂ ਲੋਕਾਂ ਦੇ ਵਿੱਚ ਉਤਰੋਗੇ? ਇਸ ਤੋਂ ਵੱਡੀ ਕੋਈ ਉਦਾਹਰਨ ਨਹੀਂ ਹੋ ਸਕਦੀ। ਮੇਰੇ ਪਿਤਾ ਜੀ ਸਲਾਮ ਤੋਂ ਇੰਨੇ ਲੰਬਾ ਸਮਾਂ MLA ਰਹੇ, ਮੇਰੇ ਪਿਤਾ ਜੀ ਨੂੰ ਅਕਸਰ ਹੀ ਜੇ ਮੈਂ ਸ਼ਬਦ ਵਰਤਾਂ ਤਾਂ ਹਿੰਦੂਆਂ ਦਾ MLA ਬਹੁਤ ਤਾਂ ਦੇ ਵਿੱਚ ਕਿਹਾ ਜਾਂਦਾ ਸੀਗਾ। ਜਦੋਂ ਸਾਡੇ ਵਰਗੇ ਬੰਦੇ ਮਾਨ ਸਾਹਿਬ ਦੇ ਨਾਲ ਆ ਗਏ, ਜਿਹੜੇ ਸਾਡੇ ਭਰਾ ਨੇ, ਹਿੰਦੂ ਸਾਡੇ ਵੀਰ ਨੇ, ਮਾਨ ਸਾਹਿਬ ਜੇਕਰ ਕਦਰ ਕਰਦੇ ਨੇ, ਹਿੰਦੂਆਂ ਦੀ ਕਦਰ ਕਰਦੇ ਨੇ, ਚਲੋ ਕਈ ਕਈ ਗੱਲਾਂ ਕਹਿਣ ਦੇ ਵਿੱਚ ਆ ਜਾਂਦੀਆਂ ਨੇ। ਸੋ ਸਾਡੇ ਜਿਹੜਾ ਦੇਸ਼ ਦਾ ਇਸ ਟਾਈਮ ਸਿਸਟਮ ਤਾਲਾ ਬਾਣਾ ਬਣਿਆ ਹੋਇਆ, ਉਹਦੇ ਉੱਤੇ ਮਾਨ ਸਾਹਿਬ ਜਾ ਕੇ ਗੱਲ ਕਰਦੇ ਨੇ। ਹਿੰਦੂਆਂ ਦੇ ਕੋਈ ਨਿੱਜੀ ਤੌਰ 'ਤੇ ਮਾਨ ਸਾਹਿਬ ਖਿਲਾਫ਼ ਨਹੀਂ ਹਨ। ਮੁਸਲਮਾਨ ਵੀ ਸਾਡੇ ਭਰਾ ਨੇ, ਈਸਾਈ ਵੀ ਸਾਡੇ ਵੀਰ ਨੇ, ਸਿੱਖ ਭਾਈਚਾਰਾ ਵੀ ਸਾਡਾ ਭਰਾ ਹੈਗਾ। ਸਾਡੇ ਜਿਹੜੇ ਹਿੰਦੂ ਨੇ, ਸਾਡੇ ਇੱਕ ਬਹੁਤ ਵੱਡਾ ਸਾਡਾ ਅੰਗ ਨੇ, ਕੋਈ ਐਸੀ ਗੱਲ ਨਹੀਂ ਹੈ। ਬਹੁਤ ਗਿਣਤੀ ਦੇ ਵਿੱਚ ਹਿੰਦੂ ਜਿਹੜੇ ਮਾਨ ਸਾਹਿਬ ਦੇ ਨਾਲ ਖੜ੍ਹੇ ਨੇ, ਉਹ ਅੱਜ ਵੀ ਬੜੇ ਤਕੜੇ ਹੋ ਕੇ ਖੜ੍ਹੇ ਨੇ। ਇਸ ਇਲੈਕਸ਼ਨ ਦੇ ਵਿੱਚ ਸਾਡੇ ਹਿੰਦੂ ਵੀਰਾਂ ਨੇ ਬਹੁਤ ਵੱਧ ਚੜ ਕੇ ਵੋਟਾਂ ਪਾਈਆਂ ਨੇ ਮਾਨ ਸਾਹਿਬ ਨੂੰ। ਆਪਾਂ ਕਿਸ ਤਰ੍ਹਾਂ ਕਹਿ ਸਕਦੇ ਵੀ ਹਿੰਦੂ ਸਾਡੇ ਖਿਲਾਫ਼ ਨੇ? ਇਸ ਕਰਕੇ ਇਹ ਗੱਲਾਂ ਬਿਲਕੁਲ ਝੂਠੀਆਂ ਨੇ ਅਤੇ ਬਿਲਕੁਲ ਗਲਤ ਨੇ। ਹਿੰਦੂ ਸਾਡੇ ਵੀਰ ਨੇ, ਔਰ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਮਾਣ ਹੈ, ਅਸੀਂ ਸਾਡੇ ਹਿੰਦੂ ਭਰਾਵਾਂ ਕੋਲ ਜਾਵਾਂਗੇ, ਮਾਨ ਸਾਹਿਬ ਦੀ ਲਈ ਅਸੀਂ ਵੋਟ ਦੀ ਮੰਗ ਕਰਾਂਗੇ, ਅਤੇ ਉਹ ਵੱਧ ਚੜ ਕੇ ਵੋਟਾਂ ਮਾਨ ਸਾਹਿਬ ਨੂੰ ਪਾਉਣਗੇ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ। ਪਰ ਬਦਨਾਮ ਜ਼ਰੂਰ ਕੀਤਾ ਜਾਂਦਾ, ਇਹ ਮਾੜੀ ਗੱਲ ਹੈ। ਮੈਂ ਇਸ ਗੱਲ ਦੀ ਬਹੁਤ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ, ਨਹੀਂ ਹੋਣਾ ਚਾਹੀਦਾ। ਮਾਨ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚਰਚਾਵਾਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਹੋਣਾਂ ਨੂੰ ਸੰਗਰੂਰ ਦੀ ਪਾਰਲੀਮੈਂਟਰੀ ਸੀਟ ਤੋਂ ਉਤਾਰਿਆ ਜਾ ਸਕਦਾ। ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਹੋ, ਪਰਮਿੰਦਰ ਸਿੰਘ ਢੀਂਡਸਾ ਹੋਣਾਂ ਦੇ ਨਾਲ ਵਿਚਰਨ ਦਾ ਬਹੁਤ ਲੰਮਾ ਮੌਕਾ ਮਿਲਿਆ ਤੁਹਾਨੂੰ, ਕੀ ਲੱਗਦਾ ਹੈ ਮੌਜੂਦਾ ਹਾਲਾਤਾਂ ਦੇ ਅਨੁਸਾਰ ਪਰਮਿੰਦਰ ਸਿੰਘ ਢੀਂਡਸਾ ਫਾਈਟ ਦੇ ਸਕਣਗੇ ਮਾਨ ਸਾਹਿਬ? ਪਰਮਿੰਦਰ ਸਿੰਘ ਢੀਂਡਸਾ ਜੀ ਮੇਰੇ ਛੋਟੇ ਭਰਾ ਨੇ, ਸਾਡੀ ਪਰਿਵਾਰਕ ਨੇੜਤਾ ਬਹੁਤ ਜ਼ਿਆਦਾ ਰਹੀ ਹੈ, ਪਰ
ਜਿੱਥੇ ਮਾਨ ਸਾਹਿਬ ਦਾ ਕੱਦ ਪੁੱਤ ਹੈ ਉਹਦੇ ਮੁਤਾਬਕ ਪਰਮਿੰਦਰ ਜੀਆਂ ਦਾ, ਬੇਸ਼ੱਕ ਉਹ ਫਾਈਨਾਂਸ ਮਿਨਿਸਟਰ ਤੱਕ ਰਹਿ ਚੁੱਕੇ ਨੇ, ਪਰ ਉਡਾ ਉਹਨਾਂ ਦਾ ਜੋ ਉਹਨਾਂ ਦੀ ਵਿਅਕਤੀਤਵ ਹੈ ਉਹ ਮਾਨ ਸਾਹਿਬ ਦੇ ਬਰਾਬਰ ਅੱਜ ਮੇਰਾ ਖਿਆਲ ਹੈ ਵੀ ਕਿਸੇ ਦਾ ਵੀ ਸਾਡੇ ਪਾਰਲੀਮਾਨੀ ਲੋਕ ਸਭਾ ਸਰੂਪ ਦੇ ਵਿੱਚੋਂ ਨਹੀਂ ਹੈਗਾ। ਮਾਨ ਸਾਹਿਬ ਬੜੇ ਸਤਿਕਾਰਯੋਗ ਅਤੇ ਬੜੇ ਸੀਨੀਅਰ ਨੇ ਔਰ ਉਹ ਅਵਸ਼ ਜਿੱਤਣਗੇ। ਸੰਗਰੂਰ ਦੇ ਵਿੱਚ ਮੁਕਾਬਲਾ ਕਿਤੇ ਕਿੱਦਾਂ ਮੰਨਦੇ? ਇੱਕ ਪਾਸਿਓਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤਹਿਰ ਹੋਣਾ ਨੂੰ ਉਤਾਰਿਆ ਹੈ, ਅਤੇ ਉਸ ਤੋਂ ਦੂਜੇ ਪਾਸੇ ਪਰਮਿੰਦਰ ਢੀਂਡਸੇ ਹੋਣਾ ਦੀਆਂ ਚਰਚਾਵਾਂ ਨੇ। ਅਰਵਿੰਦ ਖੰਨਾ ਹੋ ਸਕਦਾ ਕਹਿੰਦੇ ਬੀਜੇਪੀ ਦੇ ਉੱਤੋਂ ਆ ਜਾਣ, ਸੁਖਪਾਲ ਸਿੰਘ ਖਹਿਰਾ ਜਾਂ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਗਲਾ ਜਾਂ ਗੋਲਡੀ ਦਾ ਜ਼ਿਕਰ ਆ ਰਿਹਾ ਹੈ, ਇਹਨਾਂ ਸਾਰਿਆਂ ਨੂੰ ਟੱਕਰ ਦੇ ਸਕਣਗੇ ਸਿਮਰਨਜੀਤ ਸਿੰਘ ਮਾਨ? ਬਿਲਕੁਲ ਦੇਣਗੇ ਜੀ, ਬਿਲਕੁਲ। ਪਹਿਲਾਂ ਸਰਕਾਰ ਬਣੀ ਸੀ ਉਦੋਂ ਬੜੀ ਸਰਕਾਰ ਦੀ ਹਵਾ ਸੀ, ਹੁਣ ਤਾਂ ਸਰਕਾਰ ਐਡਾ ਸਰਕਾਰ ਦਾ ਫੇਲੀਅਰ ਹੈ। ਸਾਡੇ ਇੰਨੇ ਬੰਦੇ ਮਰ ਗਏ, ਸਾਡੇ ਉੱਥੇ ਮੇਰੇ ਲੋਕਲ ਸਲਾਮ ਤੋਂ ਮਰ ਗਏ ਵਿਚਾਰੇ 12-13, ਅਜੇ 5-4 ਹੋਰ ਅਜੇ ਸੀਰੀਅਸ ਪਏ ਨੇ। ਸਾਡੇ ਗੁਜਰਾ ਪਿੰਡ ਹੈ ਉੱਥੋਂ ਬੰਦੇ ਮਰ ਚੁੱਕੇ ਨੇ, ਅਤੇ ਹੁਣ ਤਾਂ ਇਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੈਗਾ, ਅਤੇ ਮੀਤ ਯਾਰ ਉਹਨਾਂ ਵਿਚਾਰਿਆਂ ਨੂੰ ਕਿਹਨੇ ਉਹ ਕਰਨਾ ਹੈਗਾ, ਅਤੇ ਇਹਨਾਂ ਨੇ ਕੋਈ ਆਹ 2 ਸਾਲ ਦੇ ਵਿੱਚ ਕੋਈ ਕਰ ਹੀ ਨਹੀਂ ਸਕੇ। ਸ਼ਹੀਦੇ ਆਜ਼ਮ ਊਧਮ ਸਿੰਘ ਜੀ ਦਾ ਦਿਹਾੜਾ ਮਨਾਇਆ ਜਾਂਦਾ 31-7 ਨੂੰ, ਮੁੱਖ ਮੰਤਰੀ ਸਾਹਿਬ ਸਾਡੇ ਉਸੇ ਸਲਾਮ ਦੇ ਵਿੱਚ ਮੇਰੇ ਪਿਤਾ ਜੀ ਨੇ ਬਣਾਇਆ ਹੋਇਆ ਕਾਲਜ ਸ਼ਹੀਦੇ ਆਜ਼ਮ ਊਧਮ ਸਿੰਘ, ਜਿੱਥੇ 4,000 ਬੱਚਾ ਪੜ੍ਹਦਾ, ਸਰਦਾਰ ਭਗਵੰਤ ਸਿੰਘ ਮਾਨ ਉਸੇ ਕਾਲਜ ਦੇ ਸਟੂਡੈਂਟ ਨੇ। ਸਾਡੇ ਸਲਾਮ ਵਾਸਤੇ ਸਾਨੂੰ ਬੜੀਆਂ ਆਸਾਂ ਸੀਗੀਆਂ, ਸਾਡਾ ਭਗਵੰਤ ਸਿੰਘ ਮਾਨ ਸਾਡੇ ਸਲਾਮ ਦਾ ਅਤੇ ਸਾਡੇ ਇਲਾਕੇ ਦਾ ਕੁਛ ਵੀ ਨਹੀਂ ਕਰ ਸਕਿਆ, ਅਤੇ ਉਹ ਕੀ ਕਿਹੜੀਆਂ ਆਸਾਂ ਨਾਲ ਅਤੇ ਕਿਹੜੇ ਹੌਸਲੇ ਨਾਲ ਆ ਕੇ ਲੋਕਾਂ ਤੋਂ ਵੋਟਾਂ ਮੰਗਣਗੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਮਾਨ ਸਾਹਿਬ ਦੇ ਮੁਕਾਬਲੇ ਕੋਈ ਜਿੱਤ ਪਾਊਗਾ, ਅਤੇ ਬੀਜੇਪੀ ਨੂੰ ਤਾਂ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਪਿੰਡਾਂ ਦੇ ਐਲਾਨ ਕਰਤਾ ਵੀ ਸਾਡੇ ਪਿੰਡ 'ਚ ਬੀਜੇਪੀ ਦਾ ਕੋਈ ਵੜਿਓ ਨਾ, ਅਤੇ ਇਸ ਕਰਕੇ ਢੀਂਡਸਾ ਜੀ ਵੀ ਉੱਥੋਂ ਤਾਕਤ ਲੈ ਕੇ ਗਾਇਬ ਹੁੰਦੇ ਰਹੇ ਨੇ, ਇਸ ਕਰਕੇ ਉਹਨਾਂ ਨੂੰ ਵੀ ਵੋਟ ਦੀ ਨਹੀਂ ਪਾਊਗੀ। ਕਾਂਗਰਸ ਵਾਲਿਆਂ ਨੇ, ਕਾਂਗਰਸ ਵਾਲਿਆਂ ਦਾ ਵੀ ਤੁਹਾਨੂੰ ਪਤਾ ਹੀ ਹੈ ਜੀ, ਅਤੇ ਕਾਂਗਰਸ ਦਾ ਵੀ ਇੱਕ ਸੁਰ ਨਹੀਂ ਹੈਗਾ, ਉਹ ਵੀ ਕੋਈ ਸਾਡੇ ਮੁਕਾਬਲੇ ਵਿੱਚ ਨਹੀਂ ਖੜਦੇ ਕਿਤੇ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚਰਚਾਵਾਂ ਦੇ ਵਿਚਕਾਰ ਗੱਠਜੋੜ ਦੀ ਜਾਂ ਜੋੜ ਤੋੜ ਦੀ ਰਾਜਨੀਤੀ ਹੈ, ਉਸ ਵਿਚਕਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਸੰਗਰੂਰ ਤੋਂ ਵੱਡਾ ਝਟਕਾ ਜਿਹੜਾ ਇਹ ਅਕਾਲੀ ਦਲ ਬਾਦਲ ਨੂੰ ਦਿੱਤਾ ਹੈ। ਸੋ ਇਸ ਤੋਂ ਬਾਅਦ ਅਕਾਲੀ ਦਲ ਬਾਦਲ ਦੀਆਂ ਚਰਚਾਵਾਂ ਵੀ ਛੱਡਣਗੀਆਂ, ਹਾਲਾਂਕਿ ਅਕਾਲੀ ਦਲ ਬਾਦਲ ਨੇ ਸੰਗਰੂਰ ਦੇ ਵਿੱਚੋਂ ਆਪਣਾ ਕੈਂਡੀਡੇਟ ਉਤਾਰਨਾ, ਉਹ ਕੌਣ ਹੁੰਦਾ? ਪਰ ਜਿਸ ਤਰੀਕੇ ਨਾਲ ਲਖਮੀਰਵਾਲਾ ਹੋਣਾ ਨੇ ਕਿਹਾ ਹੈ ਕਿ ਵੱਡੀ ਟੱਕਰ ਜਿਹੜੀ ਆ ਵਾਕਿਆ ਵਿਰੋਧੀ ਧਿਰਾਂ ਨੂੰ ਸੰਗਰੂਰ ਪਾਰਲੀਮੈਂਟਰੀ ਹਲਕੇ ਦੇ ਵਿੱਚੋਂ ਦੇਵਾਂਗੇ।